ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਰਸੋਈ ਧਾਗਾ ਪਾਈ ਕਿਰਨ। ਅੱਜ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਦੇ ਵਿੱਚ ਸਾਡੀ ਬਹੁਤ ਹੀ ਪਿਆਰੀ ਕਲਾਇੰਟ ਕਵਲਪ੍ਰੀਤ ਫਰੋਮ ਕੈਨੇਡਾ, ਉਹਨਾਂ ਦੇ ਸ਼ਗਨ ਦੇ ਆਊਟਫਿਟ ਜੋ ਬਣਿਆ ਸੀਗਾ ਉਹਦੇ ਕੁਝ ਪਾਰਟਸ ਮੈਂਸ਼ਨ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜਦੋਂ ਵੀ ਕੋਈ ਆਊਟਫਿਟ ਰੈਡੀ ਹੁੰਦਾ ਉਹਦੇ ਵਾਸਤੇ ਫੈਬਰਿਕ ਅਸੀਂ ਬਾਏ ਕਰਦੇ ਹਾਂ। ਫੈਬਰਿਕ ਬਾਏ ਕਰਨ ਤੋਂ ਬਾਅਦ ਇੰਬਰਾਇਡਰੀ ਦਾ ਪ੍ਰੋਸੈਸ ਸਟਾਰਟ ਹੁੰਦਾ ਹੈ। ਤੁਸੀਂ ਦੇਖ ਰਹੇ ਹੋ ਕਿ ਇੰਬਰਾਇਡਰੀ ਹੋ ਰਹੀ ਹੈ, ਟਰੇਸਿੰਗ ਕੀਤੀ ਜਾ ਰਹੀ ਹੈ। ਟਰੇਸਿੰਗ ਐਂਡ ਇੰਬਰਾਇਡਰੀ ਡਨ ਹੋਣ ਤੋਂ ਬਾਅਦ ਇੱਕ ਆਊਟਫਿਟ ਰੈਡੀ ਹੁੰਦਾ ਹੈ। ਰੈਡੀ ਹੋਣ ਤੋਂ ਬਾਅਦ ਅਸੀਂ ਕਲਾਇੰਟ ਦੇ ਟ੍ਰਾਇਲ ਲੈਂਦੇ ਹਾਂ। ਹਾਂਜੀ, ਕਿਵੇਂ ਦਾ ਰਿਹਾ ਤੁਹਾਡਾ ਆਊਟਫਿਟ? ਬਹੁਤ ਸੋਹਣਾ ਬਣਿਆ, ਫਿਟਿੰਗ ਵਗੈਰਾ ਬਹੁਤ ਪਿਆਰਾ ਲੱਗ ਰਿਹਾ। ਵਿਆਹ ਵਾਲਾ ਸੂਟ ਕਢਵਾਉਣਾ ਨਾਲੇ ਪੱਗ ਦੇ ਹੀ ਮੈਚ ਮੈਂ ਤਾਂ ਕਰਨਾ, ਮਹਿੰਦੀ ਵਾਲੇ ਹੱਥਾਂ ਨਾਲ ਵੇ ਤੇਰਾ ਹੱਥ ਵਿੱਚ ਮੁੰਦਰੀ ਦੇ ਜੜਨਾ। ਅਗਰ ਤੁਸੀਂ ਵੀ ਆਪਣੇ ਸਪੈਸ਼ਲ ਆਊਟਫਿਟਸ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਅੱਜ ਹੀ ਵਿਜ਼ਿਟ ਕਰ ਸਕਦੇ ਹੋ। ਸੂਈ ਧਾਗਾ ਬਾਈ ਕਿਰਨ, ਓਪੋਜ਼ਿਟ ਖਾਲਸਾ ਕਾਲਜ, GT ਰੋਡ, ਛੇਹਾਟਾ, ਅੰਮ੍ਰਿਤਸਰ।